ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਵੀਰ ਭਰਾਵਾਂ ਨੂੰ, ਅਤੇ ਸਵਾਗਤ ਕਰਦੇ ਹਾਂ ਤੁਹਾਡਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ। ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਤੇ ਪਰਮਾਤਮਾ ਸਾਹਿਬ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖੇ। ਅਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਜਿਹੜੇ ਮੇਰੇ ਵੀਰਾਂ ਨੇ ਮਾਰਚ ਵਾਲੇ ਪੇਪਰ ਭਰਾਏ ਹੋਏ, ਉਹਨਾਂ ਦੇ ਕਾਫੀ ਸਵਾਲ ਆਉਂਦੇ ਆ। ਅਤੇ ਉਹਨਾਂ ਦੇ ਸਵਾਲ ਇਹ ਆਉਂਦੇ ਆ ਕਿ ਹੁਣ ਉਹਨਾਂ ਨੂੰ ਉਮੀਦ ਰੱਖਣੀ ਚਾਹੀਦੀ ਆ ਜਾਂ ਨਹੀਂ ਰੱਖਣੀ ਚਾਹੀਦੀ, ਅਤੇ ਕਿਹੜੇ ਪੇਪਰ ਆ ਜਿਹੜੇ ਉਹ ਮਾਰਚ ਵਾਲੇ ਨਿਕਲ ਰਹੇ ਆ, ਅਤੇ ਦਸੰਬਰ ਵਾਲੇ ਪੇਪਰਾਂ ਬਾਰੇ ਵੀ ਕਾਫੀ ਮੇਰੇ ਵੀਰ ਭਰਾ ਪੁੱਛਦੇ ਆ। ਅਤੇ ਇਸ ਦੇ ਨਾਲ ਹੀ ਆਪਾਂ ਗੱਲ ਕਰਾਂਗੇ ਕਿ ਸਿਰਫ ਜਿਹੜੀ ਆ ਟਾਈਮਿੰਗ ਨਹੀਂ ਜ਼ਰੂਰੀ ਹੁੰਦੀ ਪੇਪਰ ਨਿਕਲਣ ਦੇ ਵਿੱਚ, ਅਤੇ ਹੋਰ ਵੀ ਕਾਫੀ ਗੱਲਾਂ ਜਿਹੜੀਆਂ ਉਹ ਜ਼ਰੂਰੀ ਹੋਣੀਆਂ ਚਾਹੀਦੀਆਂ ਆ, ਤਾਂ ਕਰਕੇ ਤੁਹਾਡੇ ਜਿਹੜੇ ਪੇਪਰ ਨਿਕਲੂਗੇ ਕਾਫੀ ਮੇਰੇ ਵੀਰ ਭਰਾ ਟਾਈਮਿੰਗ ਦੱਸਦੇ ਆ। ਟਾਈਮਿੰਗ ਦੇ ਨਾਲ ਨਾਲ ਹੋਰ ਵੀ ਚੀਜ਼ਾਂ ਜਿਹੜੀਆਂ ਉਹ ਜ਼ਰੂਰੀ ਹੋਣੀਆਂ ਚਾਹੀਦੀਆਂ ਆ, ਅਤੇ ਇਸ ਤਰੀਕੇ ਦੇ ਨਾਲ ਫਿਰ ਤੁਹਾਡੇ ਪੇਪਰ ਜਿਹੜੇ ਨਿਕਲੂਗੇ। ਅਤੇ ਹੁਣ ਕਾਫੀ ਮੇਰੇ ਵੀਰਾਂ ਭਰਾਵਾਂ ਦੇ ਜਿਹੜੇ ਆ ਉਹ ਨੂਲੇ ਆ ਉਸ 'ਤੇ ਨਿਕਲੇ ਆ, ਅਤੇ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਕਿ ਕਿਹੜੇ ਕਿਹੜੇ ਜ਼ਿਲ੍ਹੇ ਆ ਜਿਨ੍ਹਾਂ ਵਿੱਚੋਂ ਜਿਹੜੇ ਪੇਪਰ ਨਿਕਲਣੇ ਸ਼ੁਰੂ ਹੋ ਗਏ ਆ, ਅਤੇ ਕਿਹੜੇ ਉਹ ਪੇਪਰ ਆ ਜਿਹੜੇ ਹੁਣ ਨਿਕਲ ਰਹੇ ਆ। ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ 'ਤੇ ਸੀਗੇ ਨਵੇਂ, ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਅਤੇ ਜਿਹੜਾ ਘੰਟੀ ਵਾਲਾ ਬਟਨ ਹੈ ਉਹਨੂੰ ਆਲ 'ਤੇ ਜ਼ਰੂਰ ਪ੍ਰੈਸ ਕਰਿਆ ਕਰੋ, ਤਾਂ ਜੋ ਜਿਹੜਾ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਪਹੁੰਚ ਜਾਵੇ। ਅਤੇ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਕਰਕੇ ਤੁਸੀਂ ਕੋਈ ਆਪਣਾ ਵੀ ਸਾਨੂੰ ਸਵਾਲ ਜਵਾਬ ਪੁੱਛ ਸਕਦੇ ਆ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ। ਅਤੇ ਹੁਣ ਜ਼ਿਆਦਾ ਸਮਾਂ ਨਾ ਖਰਾਬ ਕਰਦੇ ਹੋਏ ਆਪਾਂ ਕਰਦੇ ਹਾਂ ਵੀਡੀਓ ਦੀ ਸ਼ੁਰੂਆਤ। ਅਤੇ ਹੁਣ ਆਪਾਂ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਹਾਂ ਜੀ ਮਾਰਚ ਵਾਲੇ ਪੇਪਰਾਂ ਦੀ, ਕਿ ਮਾਰਚ ਵਾਲੇ ਪੇਪਰ ਜਿਹੜੇ ਆ ਕਿਹੜੇ ਜ਼ਿਲ੍ਹੇ ਵਿੱਚੋਂ ਨਿਕਲ ਰਹੇ ਆ ਹੁਣ, ਅਤੇ ਕਿਹੜੇ ਪੇਪਰ ਜਿਹੜੇ ਆ ਉਹ ਨਿਕਲ ਰਹੇ ਆ ਮਾਰਚ ਵਾਲੇ। ਅਤੇ ਜੇ ਆਪਾਂ ਮਾਰਚ ਵਾਲਿਆਂ ਪੇਪਰਾਂ ਦੀ ਗੱਲ ਕਰੀਏ, ਅਤੇ ਅੱਜ ਜਿਹੜੇ ਆ ਕਾਫੀ ਵੀਰਾਂ ਦੇ ਜਿਹੜੇ ਨੂਲੇ ਆ ਉਸ 'ਤੇ ਜਾਰੀ ਹੋਏ ਆ, ਅਤੇ ਕੁਝ ਕੁ ਜ਼ਿਲ੍ਹੇ ਆ ਜਿਨ੍ਹਾਂ ਦੇ ਵਿੱਚੋਂ ਆਪਾਂ ਨੂੰ ਇਨਫੋਰਮੇਸ਼ਨ ਮਿਲੀ ਆ ਕਿ ਉਹਨਾਂ ਦੇ ਜਿਹੜੇ ਆ ਨੂਲੇ ਉਸ 'ਤੇ ਜਾਰੀ ਹੋਏ ਆ, ਜਿਵੇਂ ਕਿ ਲਤੀਨਾ ਹੋ ਗਿਆ, ਵਰੂਨਾ ਹੋ ਗਿਆ, ਨਾਪੋਲੀ ਹੋ ਗਿਆ, ਕਾਪੋਵਾਸੋ ਸ਼ਹਿਰ ਹੋ ਗਿਆ, ਅਤੇ ਲੇਜ਼ਾ ਹੋ ਗਿਆ, ਅਤੇ ਇੱਦਾਂ ਦੇ ਕੁਝ ਜ਼ਿਲ੍ਹੇ ਆ ਜਿਨ੍ਹਾਂ ਦੇ ਵਿੱਚ ਜਿਹੜੇ ਆ ਨੌ ਮਹੀਨੇ ਵਾਲੇ ਪੇਪਰ, ਜਿਹੜੇ ਖਾਸ ਕਰਕੇ ਹਜੇ 9 ਮਹੀਨੇ ਵਾਲੇ ਪੇਪਰ ਇਹ ਹਜੇ ਨਿਕਲਣੇ ਸ਼ੁਰੂ ਹੋਏ ਆ, ਕਿਉਂਕਿ ਜਿਨ੍ਹਾਂ ਨੇ ਹਜੇ ਸਾਲ ਵਾਲੇ ਪੇਪਰ ਜਾਂ ਜਿਹੜੇ ਡੋਮੈਸਟਿਕ ਪੇਪਰ ਭਰਾਏ ਆ ਇਹ ਪੱਕੇ ਪੇਪਰ ਹੁੰਦੇ, ਇਸ ਕਰਕੇ ਇਹਨਾਂ ਨੂੰ ਥੋੜ੍ਹਾ ਜਿਹਾ ਟਾਈਮ ਲੱਗ ਜਾਂਦਾ ਹੁੰਦਾ। ਅਤੇ ਜਿਨ੍ਹਾਂ ਨੇ 9 ਮਹੀਨੇ ਵਾਲੇ ਪੇਪਰ ਭਰਾਏ ਆ ਉਹਨਾਂ ਦੇ ਇਹ ਜਿਹੜੇ ਜ਼ਿਲ੍ਹੇ ਆ ਉਹਨਾਂ ਵਿੱਚੋਂ ਜਿਹੜੇ ਪੇਪਰ ਜਿਹੜੇ ਆ ਨਿਕਲਣੇ ਸ਼ੁਰੂ ਹੋ ਗਏ ਆ। ਅਤੇ ਜਿਨ੍ਹਾਂ ਜਿਨ੍ਹਾਂ ਵੀਰੇ ਵੀਰਾਂ ਦੇ ਪੇਪਰ ਨਿਕਲਦੇ ਆ ਅਤੇ ਉਹ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਆ, ਭਾਵੇਂ ਉਹ ਦਸੰਬਰ ਵਾਲੇ ਪੇਪਰ ਆ ਭਾਵੇਂ ਉਹ ਮਾਰਚ ਵਾਲੇ ਪੇਪਰ ਆ। ਅਤੇ ਕਈ ਮੇਰੇ ਵੀਰਾਂ ਦੇ ਹੁਣ ਇਹ ਵੀ ਕਮੈਂਟ ਆਉਂਦੇ ਆ ਕਿ ਉਹ ਦਸੰਬਰ ਵਾਲੇ ਹੁਣ ਉਹਨਾਂ ਦੇ ਪੇਪਰ ਨਿਕਲਣੇ ਆ ਜਾਂ ਨਹੀਂ ਨਿਕਲਣੇ। ਅਤੇ ਮੈਂ ਤੁਹਾਨੂੰ ਇੱਥੇ ਇੱਕ ਗੱਲ ਕਲੀਅਰ ਕਰ ਦੇਣੀ ਚਾਹੁੰਦਾ ਹਾਂ ਕਿ ਜਿਹੜੇ ਪੇਪਰ ਆ ਤੁਹਾਡੇ ਕਦੋਂ ਵੀ ਨਿਕਲ ਸਕਦੇ ਆ, ਇਹਨਾਂ ਦੀ ਕੋਈ ਡੇਟ ਨਹੀਂ ਹੁੰਦੀ ਕਿ ਇਹ ਪੇਪਰ ਜਿਹੜੇ ਆ ਤੁਹਾਡੇ ਹੁਣ ਬਸ ਬੰਦ ਹੋ ਗਏ ਨਿਕਲਣੇ, ਇਸ ਤਰੀਕੇ ਨਾਲ ਨਹੀਂ ਹੁੰਦਾ। ਇਹ ਜਿਹੜੇ ਪੇਪਰ ਆ ਕਦੋਂ ਵੀ ਨਿਕਲ ਸਕਦੇ ਆ, ਕਿਉਂਕਿ ਕਈ ਮੇਰੇ ਵੀਰ ਭਰਾ ਇਹੋ ਜਿਹੇ ਆ ਜਿਨ੍ਹਾਂ ਦੇ ਮਾਰਚ 2023 ਦੇ ਵਿੱਚ ਪੇਪਰ ਭਰ ਹੋਏ ਸੀਗੇ ਅਤੇ ਉਹਨਾਂ ਦੇ ਪੇਪਰ ਜਿਹੜੇ ਆ ਹੁਣ ਜਾ ਕੇ ਨਿਕਲੇ ਆ। ਅਤੇ ਜੇਕਰ ਮਾਰਚ 2023 ਵਾਲੇ ਪੇਪਰ ਜਿਹੜੇ ਹੁਣ ਨਿਕਲ ਸਕਦੇ ਆ, ਤਾਂ ਹਜੇ ਦਸੰਬਰ ਜਿਹੜਾ ਹੈ ਉਹਨੂੰ ਤਾਂ ਹਜੇ 3-4 ਮਹੀਨੇ ਹੋਏ ਆ ਸਿਰਫ, ਅਤੇ ਉਹ ਵਾਲੇ ਪੇਪਰ ਵੀ ਜ਼ਰੂਰ ਨਿਕਲਣਗੇ। ਉਹ ਤਾਂ ਸਿਰਫ ਇੱਕ ਵਿੱਚ ਕਲਿੱਕ ਡੇਟਾਂ ਆਉਣ ਦੇ ਕਰਕੇ ਪੇਪਰ ਥੋੜ੍ਹਾ ਜਿਹਾ ਰੋਕ ਦਿੱਤੇ ਗਏ ਸੀਗੇ। ਅਤੇ ਜਿਨ੍ਹਾਂ ਦੇ ਹੁਣ ਪੇਪਰ ਨਿਕਲ ਰਹੇ ਆ ਦਸੰਬਰ ਵਾਲੇ, ਅਤੇ ਉਹ ਵੀ ਸਾਨੂੰ ਕਮੈਂਟ ਕਰਕੇ ਵੀਰ ਭਰਾ ਜ਼ਰੂਰ ਦੱਸ ਸਕਦੇ ਆ, ਤਾਂ ਜੋ ਇਸ ਤਰੀਕੇ ਨਾਲ ਹੋਰ ਵੀ ਆਪਣੇ ਵੀਰਾਂ ਭਰਾਵਾਂ ਨੂੰ ਜਿਹੜੀ ਇਨਫੋਰਮੇਸ਼ਨ ਮਿਲ ਸਕੇ। ਅਤੇ ਜਿਹੜੇ ਮੇਰੇ ਵੀਰਾਂ ਭਰਾਵਾਂ ਨੇ ਮਾਰਚ ਵਾਲੇ ਪੇਪਰ ਹਜੇ ਹੁਣ ਭਰਾਏ ਆ, ਅਤੇ ਉਹ ਇੰਨੀ ਜ਼ਿਆਦਾ ਕਾਹਲੀ ਨਾ ਕਰੋ, ਕਿਉਂਕਿ ਹਜੇ ਤੁਹਾਡੇ ਮਾਰਚ ਵਾਲੇ ਪੇਪਰ ਆ ਜਿਹੜੇ ਹੁਣੇ ਕਿ ਹਜੇ ਭਰ ਹੋਏ ਆ, ਅਤੇ ਇਹ ਹਜੇ ਪੇਪਰ ਆ ਕਾਫੀ ਲੰਬੇ ਸਮੇਂ ਤੱਕ ਇਹ ਚੱਲਣੇ ਆ। ਹੌਲੀ 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 ਇਹ ਜਿਹੜੇ ਆ ਸਾਰੇ ਪੇਪਰ ਜਿਨ੍ਹਾਂ ਦੇ ਕੋਟੇ ਵਿੱਚ ਨਾ ਆਇਓ ਆ ਸਾਰੇ ਇਹ ਕਲੀਅਰ ਉਹਨਾਂ ਨੇ ਕਰਨੇ ਆ, ਪਰ ਥੋੜ੍ਹਾ ਟਾਈਮ ਜ਼ਰੂਰ ਲੱਗ ਜਾਂਦਾ ਹੁੰਦਾ, ਪਰ ਹੌਲੀ ਹੌਲੀ ਜਿਹੜੇ ਪੇਪਰ ਆ ਹਜੇ ਨਿਕਲਣੇ ਆ। ਅਤੇ ਜਿਹੜੇ ਪੇਪਰ ਆ ਇਹਨਾਂ ਨੂੰ ਨਿਕਲਣ ਦੇ ਲਈ ਇਕੱਲੀ ਟਾਈਮਿੰਗ ਹੀ ਨਹੀਂ ਇੰਪੋਰਟੈਂਟ ਹੁੰਦੀ, ਕਿ ਜੇਕਰ ਤੁਸੀਂ ਤੁਹਾਡੇ ਪੇਪਰ ਪਹਿਲਾਂ ਭਰ ਦਿੱਤੇ ਜਾਵੇ ਉਹ ਪਹਿਲਾਂ ਨਿਕਲੂਗੇ, ਇਦਾਂ ਤਾਂ ਚਲੋ ਹੁੰਦੀ ਆ, ਪਰ ਹੋਰ ਵੀ ਚੀਜ਼ਾਂ ਜਿਹੜੀਆਂ ਕਾਫੀ ਜ਼ਰੂਰੀ ਹੁੰਦੀਆਂ ਆ।
ਜਿਵੇਂ ਕਿ ਜਿਹੜਾ ਤੁਹਾਡਾ ਮਾਲਕ ਆ ਜਿਹਨੇ ਤੁਹਾਡੇ ਪੇਪਰ ਭਰੇ ਹੋ ਆ, ਜੇਕਰ ਉਹ 5 ਬੰਦਿਆਂ ਦੇ ਪੇਪਰ ਭਰ ਸਕਦਾ ਆ, ਪਰ ਜਿਹੜਾ ਤੁਹਾਡਾ ਏਜੰਟ ਆ ਉਹ ਉਸੇ ਮਾਲਕ ਦੇ ਥਰੂ 10 ਬੰਦਿਆਂ ਦੇ ਗਾਹਾਂ ਪੇਪਰ ਭਰ ਦਿੰਦਾ ਆ। ਇਸ ਤਰੀਕੇ ਨਾਲ ਵੀ ਤੁਹਾਡੇ ਜਿਹੜੇ ਪੇਪਰ ਨਿਕਲਣ ਦੇ ਵਿੱਚ ਕਾਫੀ ਪ੍ਰੋਬਲਮ ਆਊਗੀ। ਅਤੇ ਜਿਹੜਾ ਤੁਹਾਡਾ ਮਾਲਕ ਆ ਜਿਹਨੇ ਤੁਹਾਡੇ ਪੇਪਰ ਭਰੇ ਹੋ, ਉਹ ਵੀ 3 ਸਾਲ ਘੱਟੋ ਘੱਟ ਪੁਰਾਣਾ ਹੋਣਾ ਚਾਹੀਦਾ ਆ, ਕਿਉਂਕਿ ਜੇਕਰ ਕੋਈ ਨਵਾਂ ਮਾਲਕ ਜਿਹੜਾ ਆ ਉਹ ਤੁਹਾਡੇ ਪੇਪਰ ਭਰਦਾ ਆ, ਉਹਦੇ ਵਿੱਚ ਕਾਫੀ ਪ੍ਰੋਬਲਮ ਆਉਂਦੀ ਪੇਪਰ ਨਿਕਲਣ ਦੇ ਵਿੱਚ, ਕਿਉਂਕਿ ਸਰਕਾਰ ਨੂੰ ਜਿਹੜਾ ਉਹ ਟੈਕਸ ਨਹੀਂ ਗਿਆ ਹੁੰਦਾ ਉਸ ਮਾਲਕ ਦਾ, ਘੱਟੋ ਘੱਟ ਸਰਕਾਰ ਨੂੰ ਜਿਹੜਾ ਉਹ ਟੈਕਸ ਜਾਣਾ ਚਾਹੀਦਾ ਆ। ਅਤੇ ਇਸ ਤੋਂ ਬਾਅਦ ਜੀ ਹੁਣ ਆਪਾਂ ਚੱਲਦੇ ਹਾਂ ਤੁਹਾਡੇ ਦੁਆਰਾ ਜਿਹੜੇ ਕੀਤੇ ਜਾਂਦੇ ਆ ਵੀਡੀਓ ਦੇ ਥੱਲੇ ਕਮੈਂਟ, ਉਹ ਵੀ ਦੇਖ ਲੈਂਦੇ ਹਾਂ, ਕਿਉਂਕਿ ਕਈ ਮੇਰੇ ਵੀਰਾਂ ਭਰਾਵਾਂ ਦੇ ਜਿਹੜੇ ਆ ਕਮੈਂਟਾਂ ਦੇ ਜਵਾਬ ਨਹੀਂ ਦਿੱਤੇ ਜਾਂਦੇ। ਅਤੇ ਜੇਕਰ ਤੁਹਾਡੇ ਕਮੈਂਟਾਂ ਦਾ ਕੋਈ ਜਵਾਬ ਨਹੀਂ ਦਿੱਤਾ ਜਾਂਦਾ ਤਾਂ ਤੁਸੀਂ ਸਾਨੂੰ ਇੰਸਟਾਗ੍ਰਾਮ ਦੇ ਉੱਤੇ ਜਾ ਕੇ ਫੋਲੋ ਕਰ ਸਕਦੇ ਹਾਂ, ਅਤੇ ਉੱਥੇ ਸਾਨੂੰ ਮੈਸੇਜ ਕਰ ਸਕਦੇ ਹਾਂ, ਅਤੇ ਅਸੀਂ ਜਲਦੀ ਤੋਂ ਜਲਦੀ ਜਿਹੜਾ ਉੱਥੇ ਤੁਹਾਡੇ ਕਮੈਂਟਾਂ ਦਾ ਜਵਾਬ ਦੇ ਸਕਦੇ ਹਾਂ। ਅਤੇ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਹੁਣ ਤੁਹਾਡੇ ਕਮੈਂਟਾਂ ਵੱਲ। ਅਤੇ ਪਹਿਲਾ ਕਮੈਂਟ ਹੈਗਾ ਜੀ ਅਰਸ਼ਦੀਪ ਵੱਲੋਂ, ਇਹਨਾਂ ਦਾ ਕਮੈਂਟ ਹੈਗਾ ਕਸੇਰਤੇ ਦੇ ਪੇਪਰ ਕਦੋਂ ਤੱਕ ਨਿਕਲਣਗੇ, ਅਤੇ ਕਿਸੇ ਦੇ ਪੇਪਰ ਨਿਕਲੇ ਅਜੇ ਤੱਕ ਕਸੇਰਤੇ ਵਿੱਚੋਂ? ਅਤੇ ਜੇਕਰ ਆਪਾਂ ਕਸੇਰਤੇ ਦੀ ਗੱਲ ਕਰੀਏ, ਕਸੇਰਤੇ ਦੇ ਵਿੱਚੋਂ ਜਿਹੜੇ ਪੇਪਰ ਆ ਹਜੇ ਤੱਕ ਜਿਹੜੇ ਉਹ ਨਹੀਂ ਨਿਕਲਣੇ ਸ਼ੁਰੂ ਹੋਏ, ਪਰ ਜਲਦੀ ਜਿਹੜੇ ਪੇਪਰ ਕਸੇਰਤੇ ਦੇ ਵਿੱਚੋਂ ਨਿਕਲਣੇ ਜਿਹੜੇ ਆ ਸ਼ੁਰੂ ਹੋ ਜਾਣੇ ਆ, ਖਾਸ ਕਰਕੇ ਜਿਹੜੇ 9 ਮਹੀਨੇ ਵਾਲੇ ਪੇਪਰ ਆ ਇਹ ਜਲਦੀ ਨਿਕਲਣ ਲੱਗ ਪੈਣੇ ਆ। ਅਤੇ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਜੀ ਅਗਲੇ ਕਮੈਂਟ ਵੱਲ। ਅਤੇ ਅਗਲਾ ਕਮੈਂਟ ਹੈਗਾ ਹਰਮਨ ਸੰਧੂ ਵੱਲੋਂ, ਇਹਨਾਂ ਦਾ ਕਮੈਂਟ ਹੈਗਾ ਵੀਰ ਜੀ ਮਿਲਾਨ ਤੋਂ 9 ਮੰਥ ਵਾਲੇ ਪੇਪਰ ਨਿਕਲ ਰਹੇ ਆ, ਅਤੇ ਮਿਲਾਨ ਤੋਂ ਵੀ ਜਿਹੜੇ ਹੁਣ 9 ਮੰਥ ਵਾਲੇ ਪੇਪਰ ਆ ਉਹ ਨਿਕਲਣੇ ਸ਼ੁਰੂ ਹੋ ਜਾਣੇ ਆ, ਕਿਉਂਕਿ ਹੁਣ ਸਭ ਤੋਂ ਪਹਿਲਾਂ ਜਿਹੜੇ ਹੈਗੇ ਆ ਉਹ 9 ਮੰਥ ਵਾਲੇ ਪੇਪਰ ਨਿਕਲਣੇ ਸ਼ੁਰੂ ਹੋ ਚੁੱਕੇ ਆ। ਕਾਫੀ ਜਿਹੜੇ ਹੈਗੇ ਆ ਜ਼ਿਲ੍ਹੇ ਜਿਨ੍ਹਾਂ ਦੇ ਵਿੱਚੋਂ ਸ਼ੁਰੂ ਹੋ ਚੁੱਕੇ ਆ, ਜਿਵੇਂ ਕਿ ਵਰੋਨਾ ਹੋ ਗਿਆ, ਇਹ ਵੀ ਮਿਲਾਨ ਦੇ ਲੱਗ ਗਈ ਆ, ਇਹਦੇ ਵਿੱਚੋਂ ਵੀ ਪੇਪਰ ਨਿਕਲਣੇ ਸ਼ੁਰੂ ਹੋ ਗਏ ਆ। ਅਤੇ ਕਾਫੀ ਮੇਰੇ ਵੀਰਾਂ ਭਰਾਵਾਂ ਦੇ ਅੱਜ ਨੂਲੇ ਆ ਉਸ 'ਤੇ ਜਿਹੜੇ ਆ ਉਹ ਇਸ਼ੂ ਹੋਏ ਆ, ਅਤੇ 9 ਮਹੀਨੇ ਵਾਲੇ ਪੇਪਰ ਜਿਹੜੇ ਹੁਣ ਜਲਦੀ ਨਿਕਲਣ ਲੱਗ ਪਏ ਆ। ਅਤੇ ਇਸ ਤੋਂ ਬਾਅਦ ਜਿਹੜੇ ਪੇਪਰ ਨਿਕਲੂਗੇ ਉਹ ਹੈਗੇ ਆ ਜੀ ਸਾਲ ਵਾਲੇ ਅਤੇ ਡੋਮੈਸਟਿਕ, ਉਹਨਾਂ ਨੂੰ ਥੋੜ੍ਹਾ ਜਿਹਾ ਟਾਈਮ ਲੱਗ ਜਾਂਦਾ ਹੁੰਦਾ, ਅਤੇ ਉਹ ਵੀ ਜਿਹੜੇ ਆ ਛੇਤੀ ਹੁਣ ਨਿਕਲਣ ਲੱਗ ਪੈਣੇ ਆ ਮਾਰਚ ਮਹੀਨੇ ਵਾਲੇ। ਅਤੇ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਜੀ ਅਗਲੇ ਕਮੈਂਟ ਵੱਲ। ਅਗਲਾ ਕਮੈਂਟ ਹੈਗਾ ਕੋਈ ਯੂਜ਼ਰ ਨੇਮ, ਅਤੇ ਇਹਨਾਂ ਦਾ ਕਮੈਂਟ ਹੈਗਾ ਭਾਅ ਜੀ ਮੇਰੇ ਪੇਪਰ 25 ਮਾਰਚ ਨੂੰ ਭਰੇ ਸੀਗੇ, DFC ਸਟੇਜ ਲਿਖਿਆ ਆ ਉਹਦੇ ਉੱਤੇ ਕੋਈ ਚੱਕਰ ਤਾਂ ਨਹੀਂ ਹੈ ਕਹਿੰਦੇ, ਕਿਉਂਕਿ ਕਈਆਂ ਹੋਰ ਦੀਆਂ ਸਟਿੱਪਾਂ ਦੇ ਉੱਤੇ ਸੀ ਸਟੇਜ ਲਿਖਿਆ ਆ। ਅਤੇ ਇਹ ਜਿਹੜੇ ਪੇਪਰ ਹੈਗੇ ਆ 9 ਮਹੀਨੇ ਵਾਲੇ ਆ ਜੀ, ਜਿਹੜੇ ਕਿ ਹੁੰਦੇ ਆ ਲਵੋਰੋ ਸੋਰਦੀਨਾ ਤੋਂ ਸੀਜ਼ਨ ਵਾਲੇ ਇਹ ਪੇਪਰ ਆ, ਇਹਨਾਂ ਦਾ ਕੋਈ ਚੱਕਰ ਨਹੀਂ ਹੈਗਾ। ਅਤੇ ਪੇਪਰ ਜਿਹੜੇ ਆ ਤੁਹਾਡੇ 25 ਮਾਰਚ ਵਾਲੇ 9 ਮਹੀਨੇ ਵਾਲੇ ਜਿਹੜੇ ਪੇਪਰ ਆ ਉਹ ਹੁਣ ਨਿਕਲਣੇ ਸ਼ੁਰੂ ਹੋ ਗਏ ਆ। ਅਤੇ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਅਗਲੇ ਕਮੈਂਟ ਵੱਲ। ਅਤੇ ਅਗਲਾ ਕਮੈਂਟ ਹੈਗਾ ਅਮੀ ਚੱਕੂ, ਇਹਨਾਂ ਦਾ ਕਮੈਂਟ ਹੈਗਾ ਬਾਈ 4 ਦਸੰਬਰ 2023 ਵਾਲੇ ਪੇਪਰ ਅਰੀਜ਼ੋ ਸਿਟੀ ਵਿੱਚ ਕਲਿੱਕ ਹੋਏ ਸੀਗੇ, ਕਦ ਤੱਕ ਵੇਟ ਕਰੇ? ਅਤੇ ਦਸੰਬਰ ਵਾਲੇ ਪੇਪਰਾਂ ਦੀ ਜੇ ਆਪਾਂ ਗੱਲ ਕਰ ਲਈਏ, ਉਹ ਵੀ ਮੇਰੇ ਵੀਰਾਂ ਭਰਾਵਾਂ ਦੇ ਕਾਫੀ ਹੁਣ ਪੇਪਰ ਜਿਹੜੇ ਆ ਨਿਕਲ ਰਹੇ ਆ ਦਸੰਬਰ ਵਾਲੇ, ਕਿਉਂਕਿ ਜਿਹੜੇ ਡੋਮੈਸਟਿਕ ਪੇਪਰ ਜਾਂ ਜਿਹੜੇ ਸਾਲ ਵਾਲੇ ਪੇਪਰ ਹੁੰਦੇ ਇਹਨਾਂ ਨੂੰ ਥੋੜ੍ਹਾ ਜਿਹਾ ਟਾਈਮ ਲੱਗ ਜਾਂਦਾ ਹੁੰਦਾ ਨਿਕਲਣ ਨੂੰ, 9 ਮਹੀਨੇ ਵਾਲੇ ਪੇਪਰ ਛੇਤੀ ਨਿਕਲ ਜਾਂਦੇ, ਇਹ ਵੀ ਹੁਣ ਬਸ ਨਿਕਲਣੇ ਸ਼ੁਰੂ ਹੋ ਚੁੱਕੇ ਆ। ਅਤੇ ਇਸ ਤੋਂ ਬਾਅਦ ਆਪਾਂ ਗੱਲ ਕਰ ਲੈਂਦੇ ਹਾਂ ਜੀ ਸੰਦੀਪ ਬਿਰਕ, ਇਹਨਾਂ ਦਾ ਕਮੈਂਟ ਹੈਗਾ ਵੀਰ ਮੇਰੇ ਪੇਪਰ ਨਿਕਲੇ ਨੇ 9 ਮੰਥ ਵਾਲੇ, 25 ਮਾਰਚ ਨੂੰ ਭਰੇ ਸੀਗੇ, ਅਤੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਜਿਹੜੇ ਇਹਨਾਂ ਦੇ ਪੇਪਰ ਨਿਕਲੇ ਆ ਸੰਦੀਪ ਬਿਰਕ ਹੁਣਾਂ ਦੇ, ਅਤੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਡੇ ਵੱਲੋਂ। ਅਤੇ ਅਗਲੇ ਕਮੈਂਟ ਵੱਲ ਚੱਲਦੇ ਹਾਂ ਜੀ। ਅਗਲਾ ਕਮੈਂਟ ਹੈਗਾ ਮਾਸਿਮ ਵੱਲੋਂ, ਇਹਨਾਂ ਦਾ ਕਮੈਂਟ ਹੈਗਾ ਭਾਈਜਾਨ ਕੀ ਹਾਲ ਆ, 25 ਮਾਰਚ 2024, ਟਾਈਮਿੰਗ 9:03 ਅਤੇ 7 ਸੈਕਿੰਡ, ਸਿਟੀ ਹੈਗੀ ਆ ਜੀ ਨਾਪੋਲੀ। ਅਤੇ ਇਹ ਕਹਿੰਦੇ ਆ ਕਿੰਨਾ ਚਾਂਸ ਆ ਨੂਲੇ ਆ ਉਸ 'ਤੇ ਨਿਕਲਣ ਦੇ? ਅਤੇ ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਨਾਪੋਲੀ ਤੋਂ ਜਿਹੜੇ ਆ ਉਹ ਪੇਪਰ ਨਿਕਲਣੇ ਸ਼ੁਰੂ ਹੋ ਗਏ ਆ, ਖਾਸ ਕਰਕੇ ਜਿਹੜੇ 9 ਮਹੀਨੇ ਵਾਲੇ ਪੇਪਰ ਆ।
ਅਤੇ ਟਾਈਮਿੰਗ ਜਿਹੜੇ ਆਪਾਂ ਗੱਲ ਕਰ ਲਈਏ ਨਾ ਪੋਲੀ ਦੀ 9 ਮਹੀਨੇ ਵਾਲੇ ਪੇਪਰਾਂ ਦੀ, 9:01 ਕੁਛ ਕੁ ਸੈਕਿੰਡ ਦੇ ਉੱਤੇ ਜਿਹੜੇ ਪੇਪਰ ਉਹ ਕਲਿੱਕ ਹੋਣੇ ਸ਼ੁਰੂ ਹੋ ਗਏ ਸੀਗੇ। ਅਤੇ ਕਾਫੀ ਮੇਰੇ ਵੀਰ ਭਰਾ ਜਿਹੜੇ ਪਾਕਿਸਤਾਨ ਤੋਂ ਆ ਉਹ ਨਾ ਪੋਲੀ ਤੋਂ ਬਹੁਤ ਪੇਪਰ ਭਰਾਉਂਦੇ ਆ, ਅਤੇ ਨਾ ਪੋਲੀ ਤੋਂ ਜਿਹੜੇ ਹੁਣ ਪੇਪਰ ਨਿਕਲਣੇ ਸ਼ੁਰੂ ਹੋ ਗਏ ਆ ਖਾਸ 9 ਮਹੀਨੇ ਵਾਲੇ, ਅਤੇ ਆਪਾਂ ਉਮੀਦ ਕਰਦੇ ਹਾਂ ਕਿ ਤੁਹਾਡੇ ਵੀ ਪੇਪਰ ਜਿਹੜੇ ਆ ਉਹ ਜਲਦੀ ਤੋਂ ਜਲਦੀ ਨਿਕਲਣ, ਅਤੇ ਤੁਸੀਂ ਵੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜਦੋਂ ਤੁਹਾਡੇ ਪੇਪਰ ਨਿਕਲਦੇ ਆ। ਅਤੇ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਜੀ ਅਗਲੇ ਕਮੈਂਟ ਵੱਲ। ਅਗਲਾ ਕਮੈਂਟ ਹੈਗਾ ਆ ਪ੍ਰੋਪਰ, ਅਤੇ ਇਹਨਾਂ ਦਾ ਕਮੈਂਟ ਹੈਗਾ ਆ ਭਾਈ ਸਾਹਿਬ ਇਟਲੀ ਕੇ ਪੇਪਰ ਮੇ ਕਿਤਨੇ ਕੰਟਰੀ ਅਪਲਾਈ ਕਰਤੇ ਹੈ। ਅਤੇ ਜੇਕਰ ਹੁਣ ਆਪਾਂ ਇਹ ਦੇਖ ਲਈਏ ਕਿ ਇਟਲੀ ਦੇ ਪੇਪਰ ਭਰਨ ਦੇ ਲਈ ਕਿੰਨੀਆਂ ਕੰਟਰੀਆਂ ਅਪਲਾਈ ਕਰਦੀਆਂ, ਤਾਂ ਇਹਨਾਂ ਕੰਟਰੀਆਂ ਵਿੱਚ ਬਹੁਤ ਸਾਰੀਆਂ ਕੰਟਰੀਆਂ ਆਉਂਦੀਆਂ, ਜਿਵੇਂ ਕਿ ਹੋ ਗਿਆ ਪਾਕਿਸਤਾਨ, ਆਪਣਾ ਬੰਗਲਾਦੇਸ਼ ਹੋ ਗਿਆ ਆ, ਸ਼੍ਰੀਲੰਕਾ, ਅਤੇ ਹੋਰ ਵੀ ਜਿਹੜਾ ਮੋਰੋਕੋ ਹੋ ਗਿਆ ਆ, ਇੱਦਾਂ ਦੀਆਂ ਕਾਫੀ ਕੰਟਰੀਆਂ ਆ ਜਿਹਨਾਂ ਵਿੱਚੋਂ ਪੇਪਰ ਭਰੇ ਜਾਂਦੇ, ਸਿਰਫ ਇੰਡੀਆ ਤੋਂ ਹੀ ਨਹੀਂ ਭਰੇ ਜਾਂਦੇ, ਹੋਰ ਵੀ ਬਹੁਤ ਸਾਰੀਆਂ ਕੰਟਰੀਆਂ ਆ। ਅਤੇ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਜੀ ਅਗਲੇ ਕਮੈਂਟ ਵੱਲ, ਅਤੇ ਅਗਲਾ ਕਮੈਂਟ ਹੈਗਾ ਆ ਕਾਲਾ ਦਾਨੀਆਲ, ਅਤੇ ਇਹਨਾਂ ਦਾ ਕਮੈਂਟ ਹੈਗਾ ਆ ਜੀ ਬਲੋਨੀਆ ਦਾ ਕੋਟਾ ਕਿੰਨਾ ਆ। ਬਲੋਨੀਆ ਜੇ ਆਪਾਂ ਬਲੋਨੀਆ ਦਾ ਕੋਟਾ ਦੇਖ ਲਈਏ ਤਾਂ ਜਿਹੜੇ ਤਾਂ ਮਾਲਕਾਂ ਵੱਲੋਂ ਪੇਪਰ ਭਰ ਹੋਏ ਸੀਗੇ ਮਾਰਚ ਮਹੀਨੇ ਵਾਲਿਆਂ ਦਾ ਕੋਟੇ ਦੀ ਆਪਾਂ ਗੱਲ ਕਰਦੇ ਹਾਂ, ਜਿਹੜਾ ਬਲੋਨੀਆ ਦਾ ਮਾਲਕ ਵੱਲੋਂ ਪੇਪਰ ਭਰੇ ਹੋਏ ਸੀਗੇ ਉਹਦਾ ਕੋਟਾ ਹੈਗਾ ਜੀ 650, ਅਤੇ ਜਿਹੜੇ ਐਗਰੀਕਲਚਰ ਏਜੰਸੀਆਂ ਵੱਲੋਂ ਸੀਗੇ ਉਹਦਾ ਕੋਟਾ ਹੈਗਾ 200, ਅਤੇ ਸਪੈਸ਼ਲ ਜਿਹੜੇ ਸਾਲ ਵਾਲੇ ਪੇਪਰਾਂ ਦਾ ਕੋਟਾ ਉਹ ਹੈਗਾ ਹੈ ਜੀ 20। ਅਤੇ ਇਸ ਤੋਂ ਬਾਅਦ ਆਪਾਂ ਗੱਲ ਕਰ ਲੈਂਦੇ ਹਾਂ ਅਗਲੇ ਕਮੈਂਟ ਦੀ, ਅਤੇ ਅਗਲਾ ਕਮੈਂਟ ਹੈਗਾ ਆ ਜਗਦੀਪ ਕੁਮਾਰ, ਇਹਨਾਂ ਦਾ ਕਮੈਂਟ ਹੈਗਾ ਆ ਵੀਰ ਜੀ ਬਰੋਨਾ ਤੋਂ ਇਹਨਾਂ ਦੇ ਪੇਪਰ ਮੈਨੂੰ ਲੱਗਦਾ ਭਰ ਹੋਏ ਸੀਗੇ, ਬਰੋਨ ਲਿਖਿਆ ਇਹਨਾਂ ਨੇ, ਅਤੇ ਇਹਨਾਂ ਨੇ ਲਿਖਿਆ ਪਲੰਬਰ ਦਾ ਕੰਮ ਮਿਲ ਜਾਊਗਾ ਇਹਨਾਂ ਨੂੰ, ਮੈਂ ਪੇਪਰ ਬਰੋਨਾ ਤੋਂ ਹੁਣੇ ਇਹਨਾਂ ਦੇ ਬਰੋਨ ਲਿਖਿਆ ਇਹਨਾਂ ਨੇ 9:05 ਅਤੇ 12 ਦਸੰਬਰ 2023 ਵਾਲੇ ਜਿਹੜੇ ਇਹਨਾਂ ਦੇ ਪੇਪਰ ਆ। ਅਤੇ ਜੇਕਰ ਗੱਲ ਕਰ ਲਈ ਆਪਾਂ ਹੁਣ ਇੱਥੇ ਕੰਮ ਦੀ ਕਿ ਕੰਮ ਤੁਹਾਨੂੰ ਇਹ ਪਲੰਬਰ ਦਾ ਮਿਲ ਜੂਗਾ ਜਾਂ ਨਹੀਂ, ਪਹਿਲੀ ਗੱਲ ਤਾਂ ਇਹ ਆ ਕਿ ਜਦੋਂ ਤੁਸੀਂ ਨਵੇਂ ਆਉਂਦੇ ਆ ਤੁਹਾਨੂੰ ਭਾਸ਼ਾ ਨਹੀਂ ਆਉਂਦੀ ਹੁੰਦੀ, ਜੇਕਰ ਤੁਹਾਨੂੰ ਕੋਈ ਇੱਥੇ ਆ ਕੇ ਸਾਂਭਦਾ ਆ ਤੁਹਾਨੂੰ ਕੰਮ ਲਵਾਉਂਦਾ ਆ ਫਿਰ ਤਾਂ ਤੁਹਾਨੂੰ ਕੰਮ ਮਿਲ ਜਾਊਗਾ, ਪਰ ਜੇਕਰ ਤੁਹਾਨੂੰ ਆ ਕੇ ਜੇ ਤੁਹਾਡੀ ਐਂਟਰੀ ਦੀ ਸਿਰਫ ਗੱਲ ਹੋਈ ਹੋਆ ਤੁਹਾਨੂੰ ਕੰਮ ਨਹੀਂ ਲਵਾਉਂਦਾ, ਫਿਰ ਤਾਂ ਤੁਹਾਨੂੰ ਕੋਈ ਵੀ ਕੰਮ ਮਿਲਣਾ ਜਿਹੜਾ ਉਹ ਮੁਸ਼ਕਲ ਆ। ਇਹ ਤੁਹਾਨੂੰ ਗੱਲ ਜਿਹੜੀ ਆ ਕੌੜੀ ਲੱਗੂਗੀ, ਭਾਵੇਂ ਇਹ ਗੱਲ ਪਰ ਸੱਚ ਆ, ਜੇਕਰ ਤੁਹਾਨੂੰ ਇੱਥੇ ਆ ਕੇ ਕੋਈ ਨਹੀਂ ਸਾਂਭਦਾ ਤਾਂ ਤੁਹਾਨੂੰ ਪਲੰਬਰ ਦਾ ਤਾਂ ਕੀ ਕੋਈ ਵੀ ਕੰਮ ਜਿਹੜਾ ਮਿਲਣਾ ਉਹ ਬਹੁਤ ਮੁਸ਼ਕਲ ਆ। ਅਤੇ ਹਾਂ ਜੇਕਰ ਤੁਹਾਨੂੰ ਕੋਈ ਲਵਾਉਂਦਾ ਤੁਹਾਨੂੰ ਅੱਗੇ ਆ ਕੇ ਕੋਈ ਸਾਂਭਦਾ ਆ ਤਾਂ ਭਾਵੇਂ ਉਹ ਤੁਸੀਂ ਪਲੰਬਰ ਦੇ ਕੰਮ ਵਿੱਚ ਲੱਗ ਸਕਦੇ ਆ, ਕੋਈ ਵੀ ਕੰਮ ਕਰ ਸਕਦੇ ਆ, ਪਰ ਇਸ ਦੇ ਲਈ ਪਹਿਲਾਂ ਤੁਹਾਨੂੰ ਲੈਂਗੁਏਜ ਦਾ ਆਉਣਾ ਬਹੁਤ ਜ਼ਰੂਰੀ ਆ। ਅਤੇ ਜੇਕਰ ਤੁਸੀਂ ਵੀ ਸਿੱਖਣਾ ਚਾਹੁੰਦੇ ਆ ਇਟਾਲੀਅਨ ਲੈਂਗੁਏਜ ਪੰਜਾਬੀ ਦੇ ਵਿੱਚ, ਤਾਂ ਉਹਦੇ ਲਈ ਆਪਾਂ ਤੁਹਾਡੇ ਲਈ ਸਪੈਸ਼ਲ ਇੱਕ ਨਿਊ ਚੈਨਲ ਬਣਾਇਆ ਆ, ਅਤੇ ਜਿਹਦਾ ਲਿੰਕ ਜਿਹੜਾ ਉਹ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਵਾਂਗੇ, ਅਤੇ ਉੱਥੇ ਜਾ ਕੇ ਤੁਸੀਂ ਉਹਨੂੰ ਵੀ ਸਬਸਕ੍ਰਾਈਬ ਕਰ ਸਕਦੇ ਆ, ਅਤੇ ਉੱਥੇ ਜਾ ਕੇ ਆਪਣੀ ਜਿਹੜੀ ਇਟਾਲੀਅਨ ਲੈਂਗੁਏਜ ਉਹ ਸਿੱਖ ਸਕਦੇ ਹਾਂ, ਜਿਹੜੇ ਆਪਾਂ ਡੇਲੀ ਦੇ ਵਿੱਚ ਵਰਤੇ ਜਾਣ ਵਾਲੇ ਜਿਹੜੇ ਸ਼ਬਦ ਆ ਉਹ ਆਪਾਂ ਉੱਥੇ ਤੁਹਾਨੂੰ ਸਿਖਾਵਾਂਗੇ। ਅਤੇ ਇਸ ਤੋਂ ਬਾਅਦ ਹੁਣ ਚੱਲਦੇ ਹਾਂ ਜੀ ਆਪਾਂ ਅਗਲੇ ਕਮੈਂਟ ਵੱਲ, ਅਤੇ ਅਗਲਾ ਕਮੈਂਟ ਹੈਗਾ ਆ ਮਨਦੀਰ ਦੁਸਾਰਨਾ, ਅਤੇ ਇਹਨਾਂ ਦਾ ਕਮੈਂਟ ਹੈਗਾ ਵੀਰ ਜੀ ਲਤੀਨਾ ਤੋਂ 9:27 ਅਤੇ 41 ਸੈਕਿੰਡ ਦੇ ਉੱਤੇ ਜਿਹੜੇ ਇਹਨਾਂ ਦੇ ਪੇਪਰ ਭਰ ਹੋਏ ਸੀਗੇ 25 ਤਰੀਕ ਨੂੰ 9 ਮਹੀਨੇ ਵਾਲੇ, ਇਹ ਪੁੱਛ ਰਿਹਾ ਕਿ ਕੋਈ ਉਮੀਦ ਹੈਗੀ ਆ ਜਾਂ ਨਹੀਂ। ਅਤੇ ਸਭ ਤੋਂ ਪਹਿਲਾਂ ਤਾਂ ਆਪਾਂ ਲਤੀਨਾ ਦੇ ਕੋਟੇ ਦੇ ਬਾਰੇ ਗੱਲ ਕਰ ਲੈਂਦੇ ਹਾਂ, ਅਤੇ ਜਿਹੜਾ ਲਤੀਨਾ ਦਾ ਇਸ ਵਾਰ ਕੋਟਾ ਆ ਉਹ ਬਹੁਤ ਆ, ਅਤੇ ਜਿਹੜੇ ਤਾਂ ਮਾਰਕਾ ਵੱਲੋਂ ਪੇਪਰ ਭਰ ਹੋਏ ਸੀਗੇ ਉਹ ਸੀਗੇ ਜੀ 500, ਅਤੇ ਜਿਹੜੇ ਐਗਰੀਕਲਚਰ ਏਜੰਸੀਆਂ ਵੱਲੋਂ ਕੋਟਾ ਉਹ ਹੈਗਾ ਜੀ 1500, ਅਤੇ ਉਸ ਤੋਂ ਬਾਅਦ ਜਿਹੜਾ ਸਪੈਸ਼ਲ ਸਾਲ ਵਾਲੇ ਪੇਪਰਾਂ ਦਾ ਕੋਟਾ ਆ ਉਹ ਹੈਗਾ ਜੀ 500। ਅਤੇ ਜੇਕਰ ਹੁਣ ਆਪਾਂ ਗੱਲ ਕਰ ਲਈਏ 9 ਮਹੀਨੇ ਵਾਲੇ ਪੇਪਰਾਂ ਦੀ, ਤਾਂ ਲਤੀਨਾ ਵਿੱਚੋਂ ਜਿਹੜੇ 9 ਮਹੀਨੇ ਵਾਲੇ ਪੇਪਰ ਜਿਹੜੇ ਕਿ 25 ਮਾਰਚ ਨੂੰ ਭਰੇ ਗਏ ਸੀਗੇ ਉਹ ਨਿਕਲਣੇ ਸ਼ੁਰੂ ਹੋ ਗਏ ਆ। ਅਤੇ ਕਈ ਵਾਰ ਜਿਹੜੀ ਟਾਈਮਿੰਗ ਇੰਨੀ ਇੰਪੋਰਟੈਂਟ ਨਹੀਂ ਹੁੰਦੀ, ਬੰਦੇ ਦੀ ਕਿਸਮਤ ਜਿਹੜੀ ਆ ਉਹ ਕਈ ਵਾਰ ਚੱਲ ਜਾਂਦੀ ਆ, ਅਤੇ ਟਾਈਮਿੰਗ ਕਈ ਵਾਰ ਇੰਨੀ ਇੰਪੋਰਟੈਂਟ ਨਹੀਂ ਰਹਿੰਦੀ,
ਅਤੇ ਕਾਫ਼ੀ ਮੇਰੇ ਵੀਰਾਂ ਦੇ ਇਸ ਤਰੀਕੇ ਨਾਲ ਵੀ ਪੇਪਰ ਨਿਕਲੇ ਆ, ਜਿਨ੍ਹਾਂ ਦੀ ਟਾਈਮਿੰਗ ਜਿਹੜੀ ਆ ਕਾਫ਼ੀ ਲੇਟ ਆ, ਉਹਨਾਂ ਦੇ ਵੀ ਪੇਪਰ ਨਿਕਲੇ ਆ। ਅਤੇ ਉਮੀਦ ਤੁਸੀਂ ਜ਼ਰੂਰ ਰੱਖੋ ਪੇਪਰ ਜਿਹੜੇ ਆ ਤੁਹਾਡੇ ਜ਼ਰੂਰ ਨਿਕਲੂਗੇ, ਹਜੇ ਤਾਂ ਪੇਪਰ ਭਰ ਹੋਏ ਆ, ਹਜੇ ਤਾਂ ਕਾਫ਼ੀ ਸਮਾਂ ਲੱਗਣਾ, ਹੌਲੀ ਹੌਲੀ ਪੇਪਰ ਜਿਹੜੇ ਆ ਸਾਰੇ ਕਲੀਅਰ ਹੋ ਜਾਣੇ ਆ। ਅਤੇ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਜੀ ਅਗਲੇ ਕਮੈਂਟ ਵੱਲ। ਅਤੇ ਅਗਲਾ ਕਮੈਂਟ ਹੈਗਾ ਸਿੱਧੂ ਮੂਸੇਵਾਲਾ ਵੱਲੋਂ, ਇਹਨਾਂ ਦਾ ਕਮੈਂਟ ਹੈਗਾ ਵੀਰ ਜੀ ਜ਼ਿਲ੍ਹਾ BS ਆ ਅਤੇ 25/3/2000 ਟਾਈਮ 9:02, ਅਤੇ ਕਹਿੰਦੇ ਹੈਗੇ ਆ ਕਿੰਨੇ ਚਾਂਸ ਆ ਪੇਪਰ ਨਿਕਲਣ ਦੇ, ਅਤੇ ਕਿਸਮਤ ਵੀ ਮੈਟਰ ਕਰਦੀ ਆ ਇਹ ਕਹਿੰਦੇ ਆ। ਅਤੇ ਰਸੀਦ ਇਹਨਾਂ ਦੀ ਆਪਾਂ ਇੰਸਟਾਗ੍ਰਾਮ ਦੇ ਉੱਤੇ ਚੈੱਕ ਕੀਤੀ ਸੀਗੀ ਅਤੇ ਇਹਨਾਂ ਨੂੰ ਦੱਸ ਦਿੱਤਾ ਸੀਗਾ। ਅਤੇ ਜੇਕਰ ਤੁਸੀਂ ਵੀ ਆਪਣੀ ਰਸੀਦ ਜਿਹੜੀ ਆ ਚੈੱਕ ਕਰਾਉਣਾ ਚਾਹੁੰਦੇ ਆ ਤਾਂ ਇੰਸਟਾਗ੍ਰਾਮ ਦੇ ਉੱਤੇ ਜਾ ਕੇ ਸਾਨੂੰ ਫੋਲੋ ਕਰ ਸਕਦੇ ਆ, ਅਤੇ ਉੱਥੇ ਜਾ ਕੇ ਮੈਸੇਜ ਕਰਕੇ ਸਾਨੂੰ ਤੁਸੀਂ ਕੋਈ ਵੀ ਗੱਲਬਾਤ ਆਪਣੀ ਜਿਹੜੀ ਆ ਉਹ ਕਰ ਸਕਦੇ ਆ। ਅਤੇ ਜੇਕਰ ਆਪਾਂ ਇਹਨਾਂ ਦਾ ਪਹਿਲਾਂ ਜ਼ਿਲ੍ਹਾ ਦੇਖ ਲੈਂਦੇ, BS ਜਿਹੜਾ ਇਹ ਕਹਿ ਰਹੇ ਆ, ਅਤੇ BS ਦਾ ਮਤਲਬ ਹੈਗਾ ਜੀ ਬ੍ਰੇਸ਼ੀਆ। ਅਤੇ ਬ੍ਰੇਸ਼ੀਆ ਦੇ ਜੇ ਆਪਾਂ ਦੇਖ ਲਈਏ ਕੋਟਾ, ਕੋਟੇ ਦੀ ਗੱਲ ਆਪਾਂ ਕਰ ਲੈਂਦੇ ਹਾਂ, ਬ੍ਰੇਸ਼ੀਆ ਦੇ ਇਹ ਹੈਗਾ ਜੀ ਜਿਹੜੇ ਤਾਂ ਮਾਲਕ ਵੱਲੋਂ ਪੇਪਰ ਭਰ ਹੋਏ ਸੀ ਉਹ ਹੈਗਾ ਆ 50, ਐਗਰੀਕਲਚਰ ਏਜੰਸੀਆਂ ਵੱਲੋਂ ਹੈਗਾ ਆ 250, ਅਤੇ ਉਸ ਤੋਂ ਬਾਅਦ ਜਿਹੜਾ ਸਪੈਸ਼ਲ ਕੋਟਾ ਸੀਗਾ ਸਾਲ ਵਾਲੇ ਪੇਪਰਾਂ ਦੇ ਲਈ ਉਹ ਹੈਗਾ ਜੀ 16, ਅਤੇ ਇਹਨਾਂ ਦੇ ਪੇਪਰ ਜਿਹੜੇ ਆ 9:02 ਅਤੇ 13 ਸੈਕਿੰਡ ਦੇ ਭਰ ਹੋਏ ਸੀ। ਕਾਫ਼ੀ ਚਾਂਸ ਆ ਇਹਨਾਂ ਦੇ ਪੇਪਰ ਨਿਕਲਣ ਦੇ, 9 ਮਹੀਨੇ ਵਾਲੇ ਇਹਨਾਂ ਦੇ ਪੇਪਰ ਆ ਜਿਹੜੇ ਕਿ ਹੁਣ ਨਿਕਲਣੇ ਸ਼ੁਰੂ ਹੋ ਚੁੱਕੇ ਆ। ਅਤੇ ਆਪਾਂ ਉਮੀਦ ਕਰਦੇ ਕਿ ਜਲਦੀ ਤੋਂ ਜਲਦੀ ਜਿਹੜੇ ਤੁਹਾਡੇ ਪੇਪਰ ਨਿਕਲਣ। ਅਤੇ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਜੀ ਅਗਲੇ ਕਮੈਂਟ ਵੱਲ। ਅਤੇ ਅਗਲਾ ਕਮੈਂਟ ਹੈਗਾ ਆ ਵਰੁਣ ਵੱਲੋਂ, ਅਤੇ ਇਹਨਾਂ ਦਾ ਕਮੈਂਟ ਹੈਗਾ ਭਾਅ ਜੀ CE ਤੋਂ ਸਾਲ ਵਾਲੇ ਪੇਪਰ ਜਿਹੜੇ ਆ ਭਰ ਹੋਏ ਸੀਗੇ, ਟਾਈਮਿੰਗ ਹੈਗੀ ਆ 9:01 ਅਤੇ 47 ਸੈਕਿੰਡ। ਅਤੇ ਟਾਈਮਿੰਗ ਜਿਹੜੀ ਇਹਨਾਂ ਦੇ ਪੇਪਰ ਭਰ ਹੋਣ ਦੀ ਬਹੁਤ ਵਧੀਆ, ਅਤੇ ਸਾਲ ਵਾਲੇ ਇਹਨਾਂ ਦੇ ਪੇਪਰ ਆ। ਅਤੇ CE ਦਾ ਮਤਲਬ ਹੁੰਦਾ ਹੈ ਜੀ ਕਸੇਰਤਾ, ਕਸੇਰਤੇ ਤੋਂ ਤੁਹਾਡੇ ਜਿਹੜੇ ਆ ਉਹ ਪੇਪਰ ਭਰ ਹੋਏ ਆ, ਅਤੇ ਕਾਫ਼ੀ ਚਾਂਸ ਆ ਤੁਹਾਡੇ ਪੇਪਰ ਨਿਕਲਣ ਦੇ। ਅਤੇ ਇਸ ਤੋਂ ਬਾਅਦ ਹੁਣ ਆਪਾਂ ਚੱਲਦੇ ਹਾਂ ਜੀ ਅਗਲੇ ਕਮੈਂਟ ਵੱਲ। ਅਤੇ ਅਗਲਾ ਕਮੈਂਟ ਹੈਗਾ ਜੀ ਕਲਸੀ ਸਾਹਿਬ ਵੱਲੋਂ, ਇਹਨਾਂ ਦਾ ਕਮੈਂਟ ਹੈਗਾ ਆ ਕੋਈ ਅਜਿਹਾ ਬੰਦਾ ਹੋਵੇ ਜਿਹਦੇ ਪੇਪਰ ਨਿਕਲੇ ਹੁਣ ਕਾਫ਼ੀ ਸਮਾਂ ਹੋ ਗਿਆ ਹੋਵੇ ਪਰ ਅਪੁਆਇੰਟਮੈਂਟ ਨਾ ਮਿਲਣ ਦੇ ਕਰਕੇ ਅੰਬੈਸੀ ਦੇ ਵਿੱਚ ਇੱਦੇ ਚਲ ਗਿਆ ਹੋਵੇ, ਅਤੇ ਉਹ ਸਾਨੂੰ ਜ਼ਰੂਰ ਕਮੈਂਟ ਕਰਕੇ ਦੱਸ ਸਕਦਾ ਆ। ਕਿਉਂਕਿ ਇਸ ਤਰੀਕੇ ਨਾਲ ਕਾਫ਼ੀ ਜਿਹੜੇ ਹੋਰ ਵੀ ਵੀਰ ਭਰਾ ਜਿਨ੍ਹਾਂ ਨੂੰ ਅਪੁਆਇੰਟਮੈਂਟ ਨਹੀਂ ਮਿਲੀ, ਅਤੇ ਉਹ ਜਿਹੜਾ ਨੂਲਾ ਉਸਤਾ ਉਹਨਾਂ ਦਾ ਮੁੱਕਣ ਦੇ ਉੱਤੇ ਆ ਚੁੱਕਾ ਆ। ਅਤੇ ਜੇਕਰ ਜਿਹੜੇ ਬੰਦੇ ਅੰਬੈਸੀ ਦੇ ਵਿੱਚ ਜਾਂਦੇ ਆ ਬਿਨਾਂ ਅਪੁਆਇੰਟਮੈਂਟ ਤੇ, ਅਤੇ ਉਹਨਾਂ ਦੀ ਜਿਹੜੀ ਫਾਈਲ ਸਬਮਿਟ ਹੋ ਜਾਂਦੀ ਆ, ਤਾਂ ਉਹ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਆ। ਕਿਉਂਕਿ ਇਸ ਤਰੀਕੇ ਨਾਲ ਹੋਰ ਵੀ ਜਿਹੜੇ ਆਪਣੇ ਵੀਰ ਭਰਾ ਆ ਇਸ ਤਰੀਕੇ ਦੀ ਪ੍ਰੋਬਲਮ ਨੂੰ ਫੇਸ ਕਰਦੇ ਆ, ਅਤੇ ਉਹਨਾਂ ਨੂੰ ਇਸ ਤਰੀਕੇ ਨਾਲ ਕਾਫ਼ੀ ਜਿਹੜੀ ਆ ਉਹ ਹੈਲਪ ਮਿਲੂਗੀ, ਅਤੇ ਉਹ ਆਪਾਂ ਨੂੰ ਇੱਕ ਵਾਰ ਜ਼ਰੂਰ ਕਮੈਂਟ ਕਰਕੇ ਦੱਸ ਸਕਦੇ ਆ, ਅਤੇ ਉਹਨਾਂ ਦਾ ਕਾਫ਼ੀ ਧੰਨਵਾਦ ਹੋਊਗਾ ਆਪਣੇ ਵੱਲੋਂ। ਅਤੇ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਜੀ ਅਗਲੇ ਕਮੈਂਟ ਵੱਲ। ਅਤੇ ਅਗਲਾ ਕਮੈਂਟ ਹੈਗਾ ਆ ਜੱਸ ਵੱਲੋਂ, ਅਤੇ ਇਹਨਾਂ ਦਾ ਕਮੈਂਟ ਹੈਗਾ ਬਾਈ ਫਾਈਲ ਸਬਮਿਟ ਹੋਣ ਤੋਂ ਬਾਅਦ ਪਾਸਵਰਡ ਕਿੰਨੇ ਟਾਈਮ ਬਾਅਦ ਆ ਜਾਂਦਾ ਆ। ਅਤੇ ਜੇਕਰ ਆਪਾਂ ਦੇਖ ਲਈਏ ਜਦੋਂ ਤੁਹਾਡੀ ਫਾਈਲ ਜਿਹੜੀ ਆ ਅੰਬੈਸੀ ਦੇ ਵਿੱਚ ਜਮ੍ਹਾਂ ਹੋ ਜਾਂਦੀ ਆ ਵੀਜ਼ਾ ਲੱਗਣ ਦੇ ਲਈ, ਅਤੇ ਉਸ ਤੋਂ ਹਫ਼ਤਾ ਤੋਂ ਲੈ ਕੇ 10 ਦਿਨ ਦੇ ਵਿੱਚ ਜਿਹੜਾ ਤੁਹਾਡਾ ਵੀਜ਼ਾ ਲੱਗ ਕੇ ਆ ਜਾਂਦਾ ਆ। ਅਤੇ ਉਸ ਤੋਂ ਬਾਅਦ ਹੁਣ ਚੱਲਦੇ ਹਾਂ ਜੀ ਆਪਾਂ ਅਗਲੇ ਕਮੈਂਟ ਵੱਲ। ਅਤੇ ਅਗਲਾ ਕਮੈਂਟ ਹੈਗਾ ਨਵਜੋਤ ਗਿੱਲ ਵੱਲੋਂ, ਇਹਨਾਂ ਦਾ ਕਮੈਂਟ ਹੈਗਾ ਆ ਨਾਪੋਲੀ ਦਾ ਕਿੱਦਾਂ ਕਿੰਨਾ ਕੋਟਾ ਆ। ਅਤੇ ਜੇਕਰ ਆਪਾਂ ਨਾਪੋਲੀ ਦੇ ਕੋਟੇ ਦੀ ਗੱਲ ਕਰ ਲਈਏ, ਅਤੇ ਨਾਪੋਲੀ ਦਾ ਜਿਹੜਾ ਕੋਟਾ ਹੈਗਾ ਜਿਹੜੇ ਤਾਂ ਮਾਲਕਾਂ ਵੱਲੋਂ ਪੇਪਰ ਭਰ ਹੋਏ ਸੀਗੇ ਉਹ ਹੈਗਾ ਜੀ 650, ਅਤੇ ਐਗਰੀਕਲਚਰ ਏਜੰਸੀਆਂ ਵੱਲੋਂ ਹੈਗਾ ਆ 750.5, ਅਤੇ ਜਿਹੜੇ ਸੀਗੇ ਸਪੈਸ਼ਲ ਸਾਲ ਵਾਲੇ ਉਹ ਹੈਗਾ ਜੀ 300। ਅਤੇ ਕਾਫ਼ੀ ਖੁਸ਼ਖਬਰੀ ਆ ਨਾਪੋਲੀ ਵਾਲਿਆਂ ਦੇ ਲਈ, ਅਤੇ ਕਿਉਂਕਿ ਜਿਹੜੇ ਨਾਪੋਲੀ ਤੋਂ ਸਾਲ ਵਾਲੇ ਪੇਪਰ ਨਿਕਲਣੇ ਸ਼ੁਰੂ ਹੋ ਗਏ ਆ, ਅਤੇ ਕਾਫ਼ੀ ਕੋਟਾ ਆ ਇਸ ਵਾਰ ਨਾਪੋਲੀ ਦਾ, ਅਤੇ ਇਸ ਕਰਕੇ ਕਾਫ਼ੀ ਖੁਸ਼ਖਬਰੀ ਵਾਲੀ ਗੱਲ ਆ ਜਿਨ੍ਹਾਂ ਨੇ ਨਾਪੋਲੀ ਤੋਂ ਪੇਪਰ ਭਰਾਏ ਆ। ਅਤੇ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਜੀ ਅਗਲਾ ਕਮੈਂਟ ਵੱਲ। ਅਤੇ ਅਗਲਾ ਕਮੈਂਟ ਹੈਗਾ ਆ ਬਿਨੇ ਬੰਗੜ ਵੱਲੋਂ, ਇਹਨਾਂ ਦਾ ਕਮੈਂਟ ਹੈਗਾ ਆ ਕਿ ਇਹਨਾਂ ਦੀ ਜਿਹੜੀ ਸਿਟੀ ਦਾ ਨਾਂ ਇਹਨਾਂ ਨੇ ਦੱਸਿਆ ਉਹ ਹੈਗਾ ਆ BI,
ਅਤੇ ਟਾਈਮਿੰਗ ਇਹਨਾਂ ਨੇ ਦੱਸਿਆ 9:03 ਅਤੇ 27 ਸੈਕਿੰਡ। ਪੇਪਰ ਕਹਿੰਦੇ ਹੈਗੇ ਆ ਕਿ 1 ਸਾਲ ਵਾਲੇ ਜਿਹੜੇ 18 ਮਾਰਚ ਨੂੰ ਭਰ ਹੋਏ ਸੀਗੇ। ਅਤੇ ਸਭ ਤੋਂ ਪਹਿਲਾਂ ਆਪਾਂ ਦੇਖ ਲੈਂਦੇ ਇਹਨਾਂ ਦੀ ਸਿਟੀ, ਜਿਹੜਾ ਕਿ ਇਹਨਾਂ ਨੇ ਨਾਂ ਦੱਸਿਆ VI। ਅਤੇ VI ਦਾ ਮਤਲਬ ਹੁੰਦਾ ਹੈ ਜੀ ਵਿਚੈਂਸਾ। ਵਿਚੈਂਸਾ ਸਿਟੀ ਤੋਂ ਇਹਨਾਂ ਦੇ ਜਿਹੜੇ ਪੇਪਰ ਭਰ ਹੋਏ ਆ। ਅਤੇ ਜੇਕਰ ਆਪਾਂ ਕੋਟਾ ਦੇਖ ਲਈਏ ਵਿਚੈਂਸੇ ਦਾ, ਜਿਹੜੇ ਤਾਂ ਮਾਲਕਾਂ ਵੱਲੋਂ ਪੇਪਰ ਭਰ ਹੋਏ ਸੀਗੇ ਉਹਦਾ ਕੋਟਾ ਹੈਗਾ ਜੀ 10, ਅਤੇ ਐਗਰੀਕਲਚਰ ਏਜੰਸੀਆਂ ਵੱਲੋਂ ਜਿਹੜੇ ਪੇਪਰ ਭਰ ਹੋਏ ਸੀ ਉਹਦਾ 100, ਅਤੇ ਉਸ ਤੋਂ ਬਾਅਦ ਜਿਹੜਾ ਸਪੈਸ਼ਲ ਕੋਟਾ ਸੀਗਾ ਸਾਲ ਵਾਲੇ ਪੇਪਰਾਂ ਦੇ ਲਈ ਉਹ ਹੈਗਾ ਜੀ 20। ਅਤੇ ਕਾਫੀ ਚਾਂਸ ਹੈ ਇਹਨਾਂ ਦੇ ਪੇਪਰ ਨਿਕਲਣ ਦੇ, ਕਾਫੀ ਵਧੀਆ ਟਾਈਮਿੰਗ 'ਤੇ ਇਹਨਾਂ ਦੇ ਪੇਪਰ ਜਿਹੜੇ ਆ ਭਰ ਹੋਏ ਆ। ਅਤੇ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਅਗਲੇ ਕਮੈਂਟ ਵੱਲ। ਅਗਲਾ ਕਮੈਂਟ ਹੈਗਾ ਆ ਸੰਦੀਪ ਕੁਮਾਰ ਵੱਲੋਂ, ਇਹਨਾਂ ਦਾ ਕਮੈਂਟ ਹੈਗਾ ਨਾਪੋਲੀ ਸਟੇਟ ਤੋਂ 25 ਨੂੰ ਪੇਪਰ ਜਿਹੜੇ ਇਹਨਾਂ ਦੇ ਭਰ ਹੋਏ ਸੀਗੇ 2024 ਵਿੱਚ ਮਾਰਚ ਮਹੀਨੇ। ਅਤੇ ਇਹਨਾਂ ਦੀ ਟਾਈਮਿੰਗ ਹੈਗੀ ਆ 9:08 ਅਤੇ 14 ਸੈਕਿੰਡ, 9 ਮੰਥ ਵਾਲੇ ਜਿਹੜੇ ਪੇਪਰ ਸੀਗੇ ਇਹਨਾਂ ਦੇ। ਅਤੇ ਪੁੱਛਦੇ ਆ ਕਿੰਨੇ ਕੁ ਚਾਂਸ ਆ ਜਿਹੜੇ ਪੇਪਰ ਨਿਕਲਣ ਦੇ। ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਨਾਪੋਲੀ ਤੋਂ ਕਾਫੀ ਮੇਰੇ ਵੀਰ ਭਰਾਵਾਂ ਨੇ ਜਿਹੜੇ ਉਹ ਪੇਪਰ ਭਰਾਏ ਆ, ਅਤੇ ਖਾਸ ਕਰਕੇ ਜਿਹੜੇ 9 ਮਹੀਨੇ ਵਾਲੇ ਆ ਕਾਫੀ ਪੇਪਰ ਭਰੇ ਜਾਂਦੇ ਆ ਨਾਪੋਲੀ ਤੋਂ। ਅਤੇ ਹੁਣ ਜਿਹੜੇ ਨਾਪੋਲੀ ਤੋਂ 9 ਮਹੀਨੇ ਵਾਲੇ ਪੇਪਰ ਉਹ ਨਿਕਲਣੇ ਸ਼ੁਰੂ ਹੋ ਗਏ ਆ, ਅਤੇ ਕੋਟਾ ਵੀ ਇਸ ਵਾਰ ਨਾਪੋਲੀ ਦਾ ਜਿਹੜਾ ਬਹੁਤ ਆ, ਅਤੇ ਤੁਹਾਡੇ ਪੇਪਰ ਜ਼ਰੂਰ ਨਿਕਲੂਗੇ। ਅਤੇ ਇਸ ਤੋਂ ਬਾਅਦ ਆਪਾਂ ਗੱਲ ਕਰ ਲੈਂਦੇ ਹਾਂ ਜੀ ਪਵਨਦੀਪ, ਅਤੇ ਇਹਨਾਂ ਦਾ ਕਮੈਂਟ ਹੈਗਾ ਆ PC 9:04 ਨੂੰ ਇਹਨਾਂ ਦੇ ਜਿਹੜੇ ਪੇਪਰ ਭਰ ਹੋਏ ਸੀਗੇ 21 ਮਾਰਚ ਵਾਲੇ, ਜਿਹੜੇ ਕਿ ਡੋਮੈਸਟਿਕ ਪੇਪਰ ਸੀਗੇ। ਅਤੇ ਇਹ ਪੁੱਛ ਰਿਹਾ ਕਿ ਕਿੰਨਾ ਕੋਟਾ ਸੀਗਾ ਵਿਚੈਂਸੇ ਦਾ। ਅਤੇ ਜੇਕਰ ਆਪਾਂ ਵਿਚੈਂਸੇ ਦੇ ਕੋਟੇ ਦੀ ਗੱਲ ਕਰ ਲਈਏ, ਜਿਹੜਾ ਤਾਂ ਸੀਗਾ ਜੀ ਮਾਲਕਾਂ ਵੱਲੋਂ ਉਹ ਹੈਗਾ 200, ਅਤੇ ਜਿਹੜਾ ਐਗਰੀਕਲਚਰ ਏਜੰਸੀਆਂ ਵੱਲੋਂ 450, ਅਤੇ ਜਿਹੜਾ ਸਪੈਸ਼ਲ ਸਾਲ ਵਾਲੇ ਪੇਪਰਾਂ ਦੇ ਲਈ ਕੋਟਾ ਉਹ ਹੈਗਾ 40। ਅਤੇ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਜੀ ਅਗਲੇ ਕਮੈਂਟ ਵੱਲ। ਅਤੇ ਅਗਲਾ ਕਮੈਂਟ ਹੈਗਾ ਆ ਕਾਕਾ ਕੰਪਿਊਟਰ ਵੱਲੋਂ, ਇਹਨਾਂ ਦਾ ਕਮੈਂਟ ਹੈਗਾ ਆ ਕਿ ਮੇਰੇ 9 ਮੰਥ ਵਾਲੇ ਜਿਹੜੇ ਪੇਪਰ ਇਹਨਾਂ ਨੇ ਭਰੇ ਸੀਗੇ 25 ਤਰੀਕ ਨੂੰ, ਟਾਈਮਿੰਗ ਹੈਗੀ ਆ ਲਤੀਨਾ ਦੀ 9:01 ਅਤੇ 42 ਸੈਕਿੰਡ। ਅਤੇ ਜੇਕਰ ਆਪਾਂ ਇਹਨਾਂ ਦੀ ਦੇਖ ਲਈਏ ਟਾਈਮਿੰਗ ਇਹਨਾਂ ਦੀ ਬਹੁਤ ਵਧੀਆ, ਅਤੇ ਬਹੁਤ ਜ਼ਿਆਦਾ ਚਾਂਸ ਹੈ ਇਹਨਾਂ ਦੇ ਪੇਪਰ ਨਿਕਲਣ ਦੇ। ਅਤੇ ਆਪਾਂ ਉਮੀਦ ਕਰਦੇ ਹਾਂ ਕਿ ਜਿਨ੍ਹਾਂ ਜਿਨ੍ਹਾਂ ਨੇ ਮੇਰੇ ਵੀਰਾਂ ਭਰਾਵਾਂ ਨੇ ਪੇਪਰ ਭਰਾਏ ਉਹ ਸਾਰਿਆਂ ਦੇ ਪੇਪਰ ਜ਼ਰੂਰ ਨਿਕਲਣ। ਹਾਂਜੀ, ਅਤੇ ਇਸ ਤੋਂ ਬਾਅਦ ਵੱਧਦੇ ਹਾਂ ਅਗਲੇ ਕਮੈਂਟ ਵੱਲ। ਅਤੇ ਅਗਲਾ ਕਮੈਂਟ ਹੈਗਾ ਸਕਾਈ ਫਾਇਰੀ ਵੱਲੋਂ, ਇਹਨਾਂ ਦਾ ਕਮੈਂਟ ਹੈਗਾ ਆ ਖੈਲੋ ਭਾਅ ਜੀ ਕੀ ਜਰਮਨੀ ਵਿੱਚ ਵੀ ਪੇਪਰ ਜਿਹੜੇ ਆ ਬਣਾ ਸਕਦੇ ਹਨ ਇਟਲੀ ਵਿੱਚ 9 ਮੰਥ ਵਾਲੇ ਵੀਜ਼ੇ 'ਤੇ ਆ ਕੇ? ਹਾਂਜੀ ਬਿਲਕੁਲ, ਜਦੋਂ ਤੁਸੀਂ ਇਟਲੀ ਦੇ ਵਿੱਚ 9 ਮੰਥ ਵਾਲੇ ਵੀਜ਼ੇ 'ਤੇ ਆ ਜਾਂਦੇ ਹਾਂ ਤਾਂ ਉਸ ਤੋਂ ਬਾਅਦ ਤੁਸੀਂ ਕਿਸੇ ਵੀ ਸ਼ੈਂਗਨ ਕੰਟਰੀ ਦੇ ਵਿੱਚ ਜਾ ਸਕਦੇ ਹਾਂ ਅਤੇ ਆਪਣੇ ਜਿਹੜੇ ਉੱਥੇ ਪੇਪਰ ਬਣਵਾ ਸਕਦੇ ਹਾਂ, ਕਿਉਂਕਿ ਜਦੋਂ ਤੁਸੀਂ ਨਵੇਂ ਨਵੇਂ ਆਉਂਦੇ ਤੁਹਾਡੇ ਪਾਸਪੋਰਟ ਦੇ ਉੱਤੇ ਵੀਜ਼ਾ ਲੱਗਾ ਹੁੰਦਾ, ਅਤੇ ਜਦੋਂ ਤੁਸੀਂ ਵੀ ਹੋਰ ਕਿਸੇ ਵੀ ਕੰਟਰੀ ਦੇ ਵਿੱਚ ਜਾਂਦੇ ਆ ਤਾਂ ਤੁਹਾਡੀ ਜਿਹੜੀ ਐਂਟਰੀ ਉਹ ਲੀਗਲੀ ਐਂਟਰੀ ਹੁੰਦੀ ਆ। ਅਤੇ ਇਸ ਤੋਂ ਬਾਅਦ ਹੁਣ ਵੱਧਦੇ ਹਾਂ ਜੀ ਆਪਾਂ ਅਗਲੇ ਕਮੈਂਟ ਵੱਲ। ਅਤੇ ਅਗਲਾ ਕਮੈਂਟ ਹੈਗਾ ਆ Harry2600 ਵੱਲੋਂ, ਇਹਨਾਂ ਦਾ ਕਮੈਂਟ ਹੈਗਾ ਵੀਰੇ ਜੇ ਸੈਕਿੰਡ ਸੰਜੋਰ ਨੂੰ ਨਾ ਮਿਲੇ ਸਟੱਡੀ ਲਈ ਕਰ ਸਕਦੇ ਹਾਂ, ਕਿਉਂਕਿ 5 ਸਾਲ ਇਹ ਕਹਿੰਦੇ ਆ ਹੋ ਜਾਂਦੇ ਆ, 5 ਸਾਲ ਤੋਂ ਬਾਅਦ ਜਿਹੜੀ ਆ ਸਾਲ ਜਿਹੜੀ 5 ਸਾਲ ਦੀ ਮੁੜ ਕੇ ਸੰਜੋਰ ਨੂੰ ਮਿਲ ਜਾਂਦੀ, ਜਿਹੜੀ ਕਿ ਕਾਰਤਾ ਦੀ ਸੰਜੋਰ ਨੂੰ ਇਹ ਕਹਿੰਦੇ ਆ। ਅਤੇ ਜੇਕਰ ਤੁਸੀਂ ਇਟਲੀ ਦੇ ਵਿੱਚ 9 ਮਹੀਨੇ ਵਾਲੇ ਪੇਪਰਾਂ 'ਤੇ ਆਉਂਦੇ ਆ ਤੁਹਾਡੀ ਪਹਿਲੀ ਸੰਜੋਰ ਨੂੰ ਬਣ ਜਾਂਦੀ ਆ, ਤੁਸੀਂ ਉਸ ਤੋਂ ਬਾਅਦ ਇੱਦਾਂ ਨਹੀਂ ਕਰ ਸਕਦੇ ਤੁਸੀਂ ਸਟੱਡੀ 'ਤੇ ਜਾ ਸਕਦੇ, ਕਿਉਂਕਿ ਜਦੋਂ ਤੁਸੀਂ ਇੱਥੇ ਆਉਂਦੇ ਤਾਂ ਤੁਸੀਂ ਵਰਕ ਪਰਮਿਟ 'ਤੇ ਆਉਂਦੇ ਆ, ਸੀਜ਼ਨਲ ਪੇਪਰ ਜਿਹੜੇ ਹੁੰਦੇ ਤੁਸੀਂ ਉਹਨਾਂ 'ਤੇ ਆਉਂਦੇ, ਤੁਸੀਂ ਮੁੜ ਕੇ ਸਟੱਡੀ ਨਹੀਂ ਇੱਥੇ ਆ ਕੇ ਲੈ ਸਕਦੇ। ਅਤੇ ਜਿਹੜੇ ਮੇਰੇ ਵੀਰ ਇੱਦਾਂ 9 ਮਹੀਨੇ ਵਾਲੇ ਪੇਪਰਾਂ 'ਤੇ ਆਉਂਦੇ ਆ, ਅਤੇ ਬਹੁਤ ਘੱਟ ਚਾਂਸ ਹੁੰਦੇ ਉਹਨਾਂ ਦੀ ਜਿਹੜੀ ਸੈਕਿੰਡ ਸੰਜੋਰ ਨੂੰ ਉਹਨਾਂ ਨੂੰ ਮਿਲ ਜਾਵੇ, ਕਿਉਂਕਿ ਕੋਟਾ ਜਿਹੜਾ ਬਹੁਤ ਘੱਟ ਹੁੰਦਾ ਆ। ਇਸ ਕਰਕੇ ਮੈਂ ਜਿਹੜੇ ਵੀ ਮੈਂ ਆਪਣੇ ਵੀਰ ਭਰਾ ਨਵੇਂ ਇਟਲੀ ਤੋਂ ਆਉਂਦੇ ਹੁੰਦੇ ਆ ਉਹਨਾਂ ਨੂੰ ਮੈਂ ਇੱਕੋ ਗੱਲ ਕਹਿੰਦਾ ਹੁੰਦਾ ਕਿ ਜੇਕਰ ਤੁਹਾਨੂੰ ਜਿਹੜੇ ਪੇਪਰ ਬਣਨ ਦੀ ਆਸ ਇਟਲੀ ਦੇ ਵਿੱਚ ਨਹੀਂ ਲੱਗ ਰਹੀ ਤਾਂ ਤੁਸੀਂ ਕਿਸੇ ਹੋਰ ਕੰਟਰੀ ਦੇ ਵਿੱਚ ਜਿਵੇਂ ਕਿ ਪੁਰਤਗਾਲ ਹੋ ਗਿਆ ਉੱਥੇ ਜਾ ਕੇ ਪੇਪਰ ਬਣਾ ਸਕਦੇ ਆ, ਕਿਉਂਕਿ ਉੱਥੇ ਜਿਹੜੇ ਤੁਹਾਡੇ ਪੇਪਰ ਆ ਬਹੁਤ ਛੇਤੀ ਬਣ ਜਾਂਦੇ ਆ, ਅਤੇ ਜ਼ਿਆਦਾ ਸਮਾਂ ਤੁਹਾਨੂੰ ਜਿਹੜੀ ਉਹ ਵੇਟ ਨਹੀਂ ਕਰਨੀ ਪੈਂਦੀ।
ਅਤੇ ਜੇਕਰ ਤੁਸੀਂ ਕਹਿੰਦੇ ਆ ਕਿ ਤੁਸੀਂ ਇੱਥੇ ਆ ਕੇ ਸੈਕਿੰਡ ਸਮ ਜੋ ਜੇ ਤੁਹਾਨੂੰ ਨਾ ਮਿਲੇ ਸਟੱਡੀ ਲੈ ਸਕਦੇ ਆ, ਇਸ ਤਰੀਕੇ ਨਾਲ ਨਹੀਂ ਹੁੰਦੀ ਸਟੱਡੀ, ਨਹੀਂ ਤੁਸੀਂ ਲੈ ਸਕਦੇ ਕਿਉਂਕਿ ਤੁਸੀਂ ਆਉਣੇ ਵਰਕ ਪਰਮਿਟ 'ਤੇ ਆ, ਸਟੱਡੀ ਵਾਲੇ 'ਤੇ ਨਹੀਂ ਆਉਣੇ। ਹਾਂਜੀ, ਅਤੇ ਇਹ ਸੀਗੀ ਆਪਣੀ ਅੱਜ ਦੀ ਵੀਡੀਓ, ਅਤੇ ਉਮੀਦ ਕਰਦੇ ਹਾਂ ਕਿ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ। ਜੇ ਵੀਡੀਓ ਅੱਜ ਦੀ ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰਕੇ ਤੁਸੀਂ ਕੋਈ ਆਪਣਾ ਵੀ ਸਵਾਲ ਜਵਾਬ ਪੁੱਛ ਸਕਦੇ ਆ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ, ਅਤੇ ਜੇਕਰ ਚੈਨਲ 'ਤੇ ਨਵੇਂ ਸੀਗੇ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇ ਲਈ। ਅਤੇ ਹੁਣ ਜਲਦੀ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਵਿੱਚ।